ਪੰਜਾਬ ਦੇ ਵਿੱਚ ਜਿਮਣੀ ਚੋਣਾਂ ਨੂੰ ਲੈ ਕੇ ਮਾਹੌਲ ਪਾ ਗਿਆ। ਦੱਸਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਲਿਸਟ ਜਾਰੀ ਕਰ ਦਿੱਤੀ ਆ ਤਾਂ ਦੱਸਦੇ ਕਿ 13 ਨਵੰਬਰ ਨੂੰ ਪੰਜਾਬ ਦੇ ਵਿੱਚ 4 ਸੀਟਾਂ ਦੇ ਉੱਪਰ ਬਾਈ ਇਲੈਕਸ਼ਨ ਹੋਣ ਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਜਾਰੀ ਕਰ ਦਿੱਤੀ ਆ ਤਾਂ ਦੱਸਦੇ ਕਿ ਗਿੱਦੜਬਾਹ ਤੋਂ ਡਿੰਪੀ ਢਿੱਲੋਂ ਨੂੰ ਟਿਕਟ ਮਿਲੀ ਆ। ਇਸੇ ਤਰ੍ਹਾਂ ਜੇਕਰ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਤੋਂ ਹਰਿੰਦਰ ਸਿੰਘ ਨੂੰ ਜਿਹੜੀ ਟਿਕਟ ਉਹ ਮਿਲੀ ਹੈਗੀ ਆ, ਜਦੋਂ ਕਿ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਗੁਰਦੀਪ ਸਿੰਘ ਰੰਧਾਵਾ ਨੂੰ ਟਿਕਟ ਮਿਲੀ ਆ ਤੇ ਚੌਥੀ ਸੀਟ ਚੱਬੇਵਾਲ ਜਿੱਥੋਂ ਇਸ਼ਾਨ ਚੱਬੇਵਾਲ ਨੂੰ ਟਿਕਟ ਦਿੱਤੀ ਗਈ ਆ। ਤਾਂ ਦੱਸ ਦਈਏ ਕਿ 25 ਤਰੀਕ ਲਾਸਟ ਹੈਗੀ ਆ, ਅਖੀਰਲੀ ਤਰੀਕ ਹੈਗੀ ਆ ਨੋਮੀਨੇਸ਼ਨ ਦੀ। ਤਾਂ ਉਸ ਤੋਂ ਪਹਿਲਾਂ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਆਮ ਆਦਮੀ ਪਾਰਟੀ ਲਿਸਟ ਜਿਹੜੀ ਆ ਡਿਕਲੇਅਰ ਕਰਨ ਦੇ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਹੈ ਅਤੇ ਇਸੇ ਤਰ੍ਹਾਂ ਜੇਕਰ ਬਾਈ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਤਾਂ ਇਹਨਾਂ ਉਮੀਦਵਾਰਾਂ ਦੇ ਪਿਛੋਕੜ ਬਾਰੇ ਵੀ ਦੱਸਾਂਗੇ ਆਖਿਰਕਾਰ ਇਹਨਾਂ ਦਾ ਪਿਛੋਕੜ ਕੀ ਆ। ਸਭ ਤੋਂ ਪਹਿਲਾਂ ਜੇਕਰ ਡੇਰਾ ਬਾਬਾ ਨਾਨਕ ਸੀਟ ਦੀ ਗੱਲ ਕੀਤੀ ਜਾਵੇ ਜਿੱਥੋਂ ਸੁਖਜਿੰਦਰ ਸਿੰਘ ਰੰਧਾਵਾ MLA ਸੀਗੇ ਤਾਂ ਬਾਅਦ ਦੇ ਵਿੱਚ MP ਬਣ ਜਾਂਦੇ ਨੇ ਗੁਰਦਾਸਪੁਰ ਦੀ ਸੀਟ ਤੋਂ, ਤਾਂ ਉਸ ਤੋਂ ਬਾਅਦ ਉਹ ਸੀਟ ਖਾਲੀ ਹੋ ਜਾਂਦੀ ਆ। ਤਾਂ ਹੁਣ ਉੱਥੇ ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ। ਗੁਰਦੀਪ ਸਿੰਘ ਰੰਧਾਵਾ ਦੀ ਗੱਲ ਕੀਤੀ ਜਾਵੇ ਤਾਂ ਗੁਰਦੀਪ ਸਿੰਘ ਰੰਧਾਵਾ ਇਸ ਵੇਲੇ ਹਲਕਾ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਨੇ। ਅਤੇ ਚੱਬੇਵਾਲ ਦੀ ਗੱਲ ਕੀਤੀ ਜਾਵੇ ਤਾਂ ਚੱਬੇਵਾਲ ਤੋਂ ਇਸ਼ਾਨ ਚੱਬੇਵਾਲ ਨੂੰ ਟਿਕਟ ਦਿੱਤੀ ਗਈ ਆ ਜੋ ਕਿ MP ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਬੇਟੇ ਨੇ। ਇਸੇ ਤਰ੍ਹਾਂ ਜੇਕਰ ਗਿੱਦੜਬਾਹ ਸੀਟ ਦੀ ਗੱਲ ਕੀਤੀ ਜਾਵੇ ਜੋ ਸਭ ਤੋਂ ਹੌਟ ਸੀਟ ਜਿਹੜੀ ਉਹ ਰਹਿ ਸਕਦੀ ਆ, ਕਿਉਂਕਿ ਪੰਚਾਇਤੀ ਚੋਣਾਂ ਦੇ ਦੌਰਾਨ ਵੀ ਹਰ ਇੱਕ ਨੇ ਦੇਖਿਆ ਕਿ ਕਿਸ ਤਰ੍ਹਾਂ ਉੱਥੇ ਅਕਾਲੀ ਦਲ ਦੇ ਵੱਡੇ ਆਗੂ ਪਹੁੰਚਦੇ ਨੇ। ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਉੱਥੇ ਪਹੁੰਚਦੇ ਨੇ, ਹਾਲਾਂਕਿ ਉਹ ਵੀ ਉੱਥੇ ਹੁਣ 3 ਵਾਰ MLA ਬਣਦੇ ਨੇ ਤਾਂ ਬਾਅਦ ਵਿੱਚ ਉਹਨਾਂ ਨੂੰ ਲੁਧਿਆਣਾ ਭੇਜ ਦਿੱਤਾ ਜਾਂਦਾ ਲੋਕ ਸਭਾ ਚੋਣਾਂ ਦੇ ਦੌਰਾਨ, ਤਾਂ ਉੱਥੋਂ MP ਬਣਦੇ ਨੇ ਤਾਂ ਉਹ ਸੀਟ ਖਾਲੀ ਹੋ ਜਾਂਦੀ ਆ। ਤਾਂ ਹੁਣ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਹੜੇ ਅਕਾਲੀ ਦਲ ਦੇ ਵਿੱਚ ਸੀਗੇ, ਕਿਸੇ ਸਮੇਂ 2 ਵਾਰ ਇਲੈਕਸ਼ਨ ਲੜ ਦਿੰਦੇ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਹੱਥੋਂ, ਉਹ ਹਾਰ ਜਾਂਦੇ ਨੇ ਦੋਨੇ ਵਾਰ ਅਤੇ ਬਾਅਦ ਦੇ ਵਿੱਚ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਵੀ ਟਿਕਟ ਜਿਹੜੀ ਆ ਉਹ ਮਿਲ ਚੁੱਕੀ ਆ। ਅਤੇ ਜੇਕਰ ਚੌਥੇ ਦੀ ਗੱਲ ਕੀਤੀ ਜਾਵੇ ਤਾਂ ਹਰਿੰਦਰ ਸਿੰਘ ਤਾਲੀਵਾਲ, ਤਾਂ ਦੱਸ ਦਈਏ ਕਿ ਬਰਨਾਲਾ ਸੀਟ ਤੋਂ ਜਿਹੜਾ ਇਹ ਨਵਾਂ ਚਿਹਰਾ ਹੈਗਾ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਤਾਂ ਜੋ ਜਾਣਕਾਰੀ ਮਿਲ ਰਹੀ ਹੈ ਕਿ ਹਰਿੰਦਰ ਸਿੰਘ ਤਾਲੀਵਾਲ ਜਿਹੜੇ MP ਮੀਤ ਹੇਅਰ ਦੇ ਬਹੁਤ ਖਾਸ ਨੇ, ਗੌਰਤਲਬ ਹੈ ਕਿ ਬਰਨਾਲਾ ਸੀਟ ਤੋਂ ਮੀਤ ਹੇਅਰ ਜਿੱਤ ਕੇ ਆਉਂਦੇ ਨੇ, ਬਾਅਦ ਦੇ ਵਿੱਚ ਮੰਤਰੀ ਬਣਦੇ ਨੇ, ਪਰ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੂੰ ਸੰਗਰੂਰ ਸੀਟ ਤੋਂ ਜਿਹੜਾ ਉਤਾਰਿਆ ਜਾਂਦਾ ਅਤੇ ਉੱਥੋਂ ਵੱਡੀ ਲੀਡ ਦੇ ਨਾਲ ਉਹ ਜਿੱਤਦੇ ਨੇ। ਤਾਂ ਉੱਥੋਂ ਹਰਿੰਦਰ ਸਿੰਘ ਤਾਲੀਵਾਲ ਜਿਹੜੇ ਮੀਤ ਹੇਅਰ ਦੇ ਬਹੁਤ ਖਾਸ ਨੇ, ਜੋ ਜਾਣਕਾਰੀ ਸਾਡੇ ਕੋਲ ਪਹੁੰਚੀ ਹੈਗੀ ਆ, ਹਰਿੰਦਰ ਸਿੰਘ ਤਾਲੀਵਾਲ ਅਤੇ ਮੀਤ ਹੇਅਰ ਇਹ ਪੁਰਾਣੇ ਦੋਸਤ ਨੇ, ਸਕੂਲ ਟਾਈਮ ਦੇ ਦੋਸਤ ਦੱਸੇ ਜਾ ਰਹੇ ਨੇ। ਤਾਂ ਛੀਨਾਵਾਲਾ ਜਿਹੜਾ ਇਹਨਾਂ ਦਾ ਪਿੰਡ ਦੱਸਿਆ ਜਾ ਰਿਹਾ, ਤਾਂ ਇਹ ਵੀ ਚਰਚਾ ਚੱਲਦੀ ਸੀ ਕਿ ਸ਼ਾਇਦ ਬਰਨਾਲਾ ਸੀਟ ਤੋਂ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਮਿਲ ਸਕਦੀ ਹੈ, ਪਰ ਉਹਨਾਂ ਦਾ ਜਿਹੜਾ ਨੰਬਰ ਲੱਗਿਆ ਨਹੀਂ ਦਿਖਾਈ ਦੇ ਰਿਹਾ। ਕਿਉਂਕਿ ਜੇਕਰ ਬਰਨਾਲਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਮੀਤ ਹੇਅਰ ਦੇ ਲੋਕ ਸਭਾ ਜਾਣ ਕਾਰਨ ਇਹ ਸੀਟ ਖਾਲੀ ਹੋ ਜਾਂਦੀ ਆ। ਤਾਂ ਉਸ ਤੋਂ ਬਾਅਦ ਜਦੋਂ ਲੋਕ ਸਭਾ ਚੋਣਾਂ ਸੀਗਾ ਤਾਂ ਦੱਸ ਦਈਏ ਕਿ ਉਸ ਦੌਰਾਨ ਸੰਗਰੂਰ ਦੇ ਵਿੱਚ ਸਿਆਸਤ ਬਹੁਤ ਗਰਮਾਈ ਸੀਗੀ। ਤਾਂ ਇਸੇ ਦੇ ਚੱਲਦੇ ਹੁਣ ਜਿਹੜੀ ਇਹ ਟਿਕਟ ਹੈਗੀ ਆ ਹੁਣ ਹਰਿੰਦਰ ਸਿੰਘ ਤਾਲੀਵਾਲ ਨੂੰ ਦੇ ਦਿੱਤੀ ਗਈ ਆ। ਹਾਲਾਂਕਿ ਦਲਵੀਰ ਗੋਲਡੀ ਦਾ ਨਾਮ ਵੀ ਚੱਲ ਰਿਹਾ ਸੀਗਾ, ਪਰ ਦਲਵੀਰ ਸਿੰਘ ਗੋਲਡੀ ਦਾ ਨਾਮ ਜਿਹੜਾ ਇਸ ਲਿਸਟ ਦੇ ਵਿੱਚ ਸ਼ਾਮਲ ਨਹੀਂ ਹੈਗਾ। ਤਾਂ 4 ਜਿਹੜੇ ਨਾਮ ਨੇ ਉਹ ਸਾਹਮਣੇ ਆ ਚੁੱਕੇ ਨੇ। ਇਸ ਤੋਂ ਬਾਅਦ ਹੁਣ ਦੇਖਣ ਵਾਲਾ ਹੋਊਗਾ ਕਿ ਬਾਕੀ ਪਾਰਟੀਆਂ, ਭਾਵੇਂ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀ ਆ। ਇੱਕ ਪਾਸੇ ਅਕਾਲੀ ਦਲ ਦਾ ਜਿਹੜਾ ਸਿਆਸੀ ਸੰਕਟ ਆ ਉਹ ਬਹੁਤ ਡੂੰਘਾ ਹੁੰਦਾ ਜਾ ਰਿਹਾ। ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ, ਪਰ ਜਦੋਂ ਜਲੰਧਰ ਵੈਸਟ ਦੀ ਬਾਈ ਇਲੈਕਸ਼ਨ ਆਈ ਤਾਂ ਉਦੋਂ ਬਹੁਤ ਜਿਹੜੀ ਆ ਵੱਡੀ ਹਾਰ ਜਿਹੜੀ ਉਹ ਦੇਖਣੀ ਮਿਲਦੀ ਆ। ਤਾਂ ਇਹ ਦੇਖਣ ਵਾਲਾ ਹੋਊਗਾ ਕਿ ਜਿਹੜੀ ਬਾਈ ਇਲੈਕਸ਼ਨ ਹੋਣ ਜਾ ਰਹੀਆਂ ਨੇ ਤਾਂ ਇਸ ਦੇ ਵਿੱਚ ਕੌਣ ਬਾਜੀ ਮਾਰਦਾ। ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲ ਕਰ ਦਿੱਤੀ ਗਈ ਆ, ਆਪਣੇ 4 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ। ਤਾਂ ਕਿਹੜੇ ਕਿਹੜੇ ਨਾਮ ਨੇ ਇੱਕ ਵਾਰ ਫਿਰ ਦੱਸ ਦਿੰਦੇ ਹਾਂ। ਗੁਰਦੀਪ ਸਿੰਘ ਰੰਧਾਵਾ ਜਿਹੜੇ ਇਸ ਵਕਤ ਡੇਰਾ ਬਾਬਾ ਨਾਨਕ ਸੀਟ ਤੋਂ ਦੱਸ ਦਈਏ ਕਿ ਹਲਕਾ ਇੰਚਾਰਜ ਨੇ। ਚੱਬੇਵਾਲ ਦੀ ਗੱਲ ਕੀਤੀ ਜਾਵੇ ਤਾਂ ਇਸ਼ਾਨ ਚੱਬੇਵਾਲ ਜਿਹੜੇ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਬੇਟੇ ਨੇ, ਇਸ਼ਾਨ ਚੱਬੇਵਾਲ ਉਹਨਾਂ ਨੂੰ ਟਿਕਟ ਦਿੱਤੀ ਗਈ ਆ। ਕਿਉਂਕਿ ਚੱਬੇਵਾਲ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਸਮੇਂ ਇਹ ਕਾਂਗਰਸ ਦੇ ਵਿੱਚ ਸੀਗੇ, ਬਾਅਦ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਉਪ ਵਿਰੋਧੀ ਧਿਰ ਦੇ ਨੇਤਾ ਵੀ ਬਣਦੇ ਨੇ। ਤਾਂ ਇਹਨਾਂ ਦੇ ਵੱਲੋਂ ਪਾਰਟੀ ਜਿਹੜੀ ਉਹ ਬਦਲ ਲਈ ਜਾਂਦੀ ਆ, ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਨੇ। ਤਾਂ ਉਸ ਤੋਂ ਬਾਅਦ ਹੁਸ਼ਿਆਰਪੁਰ ਸੀਟ ਤੋਂ ਜਿਹੜੇ ਇਹ MP ਬਣ ਕੇ ਲੋਕ ਸਭਾ ਤੱਕ ਪਹੁੰਚਦੇ ਨੇ। ਤਾਂ ਇਹ ਸੀਟ ਖਾਲੀ ਹੋ ਜਾਂਦੀ ਆ ਤਾਂ ਉਹ ਆਪਣੇ ਬੇਟੇ ਦੇ ਲਈ ਜਿਹੜੀ ਟਿਕਟ ਹੈਗੀ ਆ ਉਹ ਲੈਣ ਦੇ ਵਿੱਚ ਕਾਮਯਾਬ ਹੋਏ ਨੇ। ਇਸੇ ਤਰ੍ਹਾਂ ਗਿੱਦੜਬਾਹ ਸੀਟ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਹਰਦੀਪ ਸਿੰਘ ਡਿੰਪੀ ਢਿੱਲੋਂ ਇਹ ਆਪਣੇ
टिकट जो अनाउंस कराने कामयाब हुए हैं। हालांकि जेकर गिदड़बाह की गल की जाए तो बहुत हॉट सीट मनी जाती है क्योंकि प्रकाश सिंह बादल इतों जितते रहे ने चोणा लड़ते रहे हैं। मनप्रीत सिंह बादल जेकर मौजूदा कांग्रेस प्रधान अमरिंदर सिंह राजा वड़िंग की गल की जाए तो उन्होंने यह जद्दी हलका मनिया जाता। तीन बार वो इतों लगातार जित के आए हैं। हालांकि इस सीट पर भी पेच फसदा होया दिखाई दे रहा है क्योंकि एक पासे पुराने जेड़े आम आदमी पार्टी के लीडर सीगे वह भी टिकट के दावेदार सीगे वह भी लाइन के लगे हुए सीगे पर डिंपी ढिल्लों के वलों जदों अकाली दल छड़ के आम आदमी पार्टी ज्वाइन कर ली जाती है तो उस तो बाद लगभग यह तय हो चुका सीगा कि डिंपी ढिल्लों इतों टिकट मिल सकती है। तो अजिहे दे विच हुण टिकट जिहड़ी उह अनाउंस हो चुकी आ। बरनाला दी असीं जिवें गल कीती आ दलबीर गोल्डी का नाम चल रहा सीगा जिहड़े कांग्रेस छड़ के आम आदमी पार्टी दे विच आउंदे ने पर उहनां नूं टिकट जिहड़ी आ नहीं मिली हैगी। तो उत्तों हरिंदर सिंह धालीवाल जिहड़े मीतहियर MP मीतहियर दे बहुत खास दसे जांदे ने स्कूल टाइम दे इह यार दोस्त सीगे दसे जा रहे ने तां बड़ी गूढ़ी सां जिहड़ी इहनां दी हैगी आ तां उहनां नूं टिकट मिली आ। तो हरिंदर सिंह धालीवाल इन्हों का कोई हजे तक सियासी पिछोकड़ सामने नहीं आया पर मीतहियर दे बहुत जिहड़े खास दसे जांदे ने। तो वड्डी खबर जिहड़ी तुहाडे नाल सांझी कर रहे हैं तो हुण देखण वाला होगा इस तों बाद अकाली दल किस नूं चोण मैदान दे विच उतारदा। दूसरे पासे जेकर कांग्रेस की गल की जाए तो हर एक पार्टी दे लई वड्डा चैलेंज आ गया। खास तौर पर जेकर BJP की गल की जाए तो BJP की गल की जाए तो मनप्रीत बादल वो गिदड़बाह दे विच एक्टिव ने। इस तरह बरनाला दे विच भी उन्हां दे कोल चेहरा हो सकता क्योंकि उत्थों केवल सिंह ढिल्लों का नाम जिहड़ा लगातार सामने आ रहा। इस तरह जेकर बाकी सीटां की गल की जाए तो उत्थे भी BJP की कोशिश होगी कि असी अपने जिहड़े उम्मीदवार तगड़े तो तगड़ा उतारीए। तो कह सकते कि पंजाब दे विच फिर 4 तों 5 कौणी मुकाबला देखण नूं मिल सकता। तो अजिहे दे विच बाकी धिरां दा की अपने चोण मैदान दे विच किस नूं उतारदा वह देखांगे पर आम आदमी पार्टी दे वल्लों पहल कर दित्ती गई आ अपने उम्मीदवार जिहड़े चोण मैदान दे विच उतार दित्ते।